ਸਰ, ਕਿਉਂਕਿ AGTF ਇਸੇ ਕੰਮ ਦੇ ਵਿੱਚ ਸਪੈਸ਼ਲਾਈਜ਼ ਜਿਹੜੀ ਹੈਗੀ ਬਣਾਈ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਵੀ ਗੈਂਗਸਟਰਸ ਨੇ, ਬੈਡ ਆਨਸਰਸ ਨੇ ਜਾਂ ਖਾਸ ਤੌਰ ਤੇ ਜਿਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਉਸ ਨੂੰ ਖਤਮ ਕਰਨਾ, ਜੇ ਕਰੀਬ 2 ਸਾਲ ਦੀ ਅਸੀਂ ਗੱਲ ਕਰ ਲਈਏ ਕਿਸ ਤਰ੍ਹਾਂ ਦੀ AGTF ਦੀ ਕੰਮ ਰਿਹਾ? ਦੇਖੋ, April 6, 2022 ਨੂੰ AGTF ਦਾ ਗਠਨ ਕੀਤਾ ਜਾਂਦਾ ਹੈ ਮਾਨਯੋਗ CM ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਹੇਠ। ਇਸ ਦਾ ਜਿਹੜਾ ਬ੍ਰੇਨ ਚਾਈਲਡ ਹੈਗਾ ਸਾਡੇ DGP ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਅਤੇ ਸਾਡੇ DGP ਸਾਹਿਬ AGTF ਸ਼੍ਰੀ ਪ੍ਰਮੋਦ ਬਾਨ, ਇਸ ਦਾ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਜਿਹੜਾ ਮੈਂਡੇਟ ਸੀਗਾ, ਮੰਤਵ ਸੀਗਾ, ਜਿਹੜਾ ਪਿਛੋਕੜ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਪਨਪ ਰਿਹਾ ਸੀ ਉਸ ਨੂੰ ਕੁਚਲਣ ਦਾ ਸੀਗਾ ਅਤੇ ਜੜ੍ਹ ਤੋਂ ਖਤਮ ਕਰਨਾ ਸੀਗਾ। ਇਸ ਮੰਤਵ ਨਾਲ ਇਸ ਦਾ ਗਠਨ ਕੀਤਾ ਗਿਆ ਸੀ ਔਰ ਕਰੀਬ 28 ਮਹੀਨੇ ਜਿਹੜੇ ਅਰਸਾ ਹੋਇਆ ਇਸ AGTF ਨੂੰ ਹੋਣ 'ਚ ਆਏ ਹੋਏ, ਇਹਦੇ ਵਿੱਚ ਇਹ ਜਿਹੜਾ ਸਾਡਾ ਸਫ਼ਰ ਰਿਹਾ ਕਾਫ਼ੀ ਸੰਘਰਸ਼ਪੂਰਨ ਰਿਹਾ, ਪਰ ਸਾਨੂੰ ਕਾਫ਼ੀ ਅੱਛੀਆਂ ਸਫਲਤਾਵਾਂ ਵੀ ਮਿਲੀਆਂ। ਅਸੀਂ ਇਸ 28 ਮਹੀਨੇ ਦੇ ਸਫ਼ਰ ਦੇ ਵਿੱਚ ਕਰੀਬ 1400 ਤੋਂ ਵੱਧ ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਹੈਗਾ, 500 ਤੋਂ ਵੱਧ ਗੈਂਗਸਟਰ ਮਡਿਊਲਸ ਨੂੰ ਬਸਟ ਕੀਤਾ ਹੈਗਾ, 1300 ਤੋਂ ਵੱਧ ਜਿਹੜੇ ਹੈਗੇ ਸਾਨੂੰ ਅਸੀਂ ਅਸਲੇ ਆਰਮਸ ਰਿਕਵਰ ਕੀਤੇ ਆ, ਜਿਹਦੇ ਵਿੱਚ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਫੋਰਨ ਮੇਡ ਹੈਗੇ ਨੇ, ਅਸੋਲਟ ਰਾਈਫਲਸ ਹੈਗੀਆਂ ਨੇ, ਸੋਫਿਸਟੀਕੇਟਡ ਸੈਮੀ ਆਟੋਮੈਟਿਕ ਆਟੋਮੈਟਿਕ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈਗਾ, ਜਿਸ ਦੇ ਨਾਲ ਕਾਫ਼ੀ ਹੱਦ ਤੱਕ ਅਸੀਂ ਇਹਨਾਂ ਦੇ ਗੈਂਗਸਟਰਾਂ ਦੀ ਲੱਕ ਤੋੜਨ ਦੇ ਵਿੱਚ ਕਾਮਯਾਬ ਰਹੇ ਹੈਗੇ ਹਾਂ। AGTF ਦਾ ਜਿਹੜਾ ਸਫ਼ਰ ਹੈ ਅਤੇ ਇਸ ਅਜੋਕੇ ਸਮੇਂ ਦਾ ਕਾਫ਼ੀ ਸੰਘਰਸ਼ਪੂਰਨ ਰਿਹਾ। ਪੰਜਾਬ ਵਿੱਚ ਹੁਣ ਤੱਕ ਇਸ ਕਾਰ ਦੇ ਵਿੱਚ ਬਣਦੇ ਹੋਏ 107 ਵਾਰੀ ਸਾਡੀਆਂ ਆਰਮਡ ਇੰਗੇਜਮੈਂਟਸ ਹੋਈਆਂ ਹੈ ਔਰਗਨਾਈਜ਼ ਕ੍ਰਿਮੀਨਲਸ ਨਾਲ ਅਤੇ ਗੈਂਗਸਟਰਸ ਨਾਲ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਅਸੀਂ ਵਚਨਬੰਧ ਹੈ ਹਰ ਹੀਲੇ ਇਸ ਗੈਂਗਸਟਰਵਾਦ ਨੂੰ ਜੜੋਂ ਪੱਟਣ ਲਈ। 107 ਆਮ ਗੈਂਗ ਜਿਹੜੀਆਂ ਆਮ ਇੰਗੇਜਮੈਂਟਸ ਹੋਈਆਂ ਸਾਡੀਆਂ, ਇਹਦੇ ਵਿੱਚ ਸਾਡੇ 3 ਪੁਲਿਸ ਮੁਲਾਜ਼ਮਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈਗਾ, 26 ਦੇ ਕਰੀਬ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਇੰਜਰਡ ਹੋਏ ਨੇ। ਇਸ ਦੇ ਨਾਲ ਨਾਲ 80 ਦੇ ਕਰੀਬ ਜਿਹੜੇ ਹੈਗੇ ਆ ਗੈਂਗਸਟਰਸ ਅਤੇ ਔਰਗਨਾਈਜ਼ ਕ੍ਰਿਮੀਨਲਸ ਇੰਜਰਡ ਹੋਏ ਨੇ ਅਤੇ 16 ਔਰਗਨਾਈਜ਼ ਕ੍ਰਿਮੀਨਲਸ ਅਤੇ ਗੈਂਗਸਟਰਸ ਨੂੰ ਅਸੀਂ ਨਿਊਟਰਲਾਈਜ਼ ਕੀਤਾ ਹੈਗਾ। ਠੀਕ ਹੈ, ਇਹ ਕਰੀਬ 2 ਸਾਲ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਪੂਰਾ ਸਫ਼ਰ ਜਿਹੜਾ ਪੂਰਾ 28 ਮਹੀਨੇ ਦਾ ਜਿਹੜਾ ਤੁਸੀਂ ਸਫ਼ਰ ਹੈ। AGTF ਪੰਜਾਬ ਪੁਲਿਸ ਦਾ ਇੱਕ ਪਾਰਟ ਹੈਗਾ, ਅਸੀਂ ਸਾਰੇ ਇੱਕ ਵਿੰਗ ਹੈ, ਸਾਡਾ ਸਪੈਸ਼ਲਾਈਜ਼ਡ ਵਿੰਗ ਹੈਗਾ, ਤਾਂ ਅਸੀਂ ਰੀਅਲ ਟਾਈਮ ਇਨਫੋਰਮੇਸ਼ਨ ਕੋਆਰਡੀਨੇਸ਼ਨ ਅਸੀਂ ਆਪਣੇ ਡਿਸਟ੍ਰਿਕਟ ਫੀਲਡ ਯੂਨਿਟਸ ਨਾਲ ਵੀ ਕਰਦੇ ਹੈਗੇ ਹਾਂ। ਅਸੀਂ ਵੱਖ ਵੱਖ ਸਟੇਟਾਂ ਦੀਆਂ ਪੁਲਿਸ ਨਾਲ ਸਾਡੀ ਕੋਆਰਡੀਨੇਸ਼ਨ ਹੈਗੀ ਹੈ, ਸਾਡੀ ਸੈਂਟਰਲ ਏਜੰਸੀਜ਼ ਨਾਲ ਸਾਨੂੰ ਫੁੱਲ ਸਪੋਰਟ ਹੈਗੀ ਹੈ ਸਾਡੀ। ਅਸੀਂ ਇਸ ਅਰਸੇ ਦੇ ਦੌਰਾਨ 37 ਡ੍ਰੈਡਡ ਨੋਟੋਰੀਅਸ ਕ੍ਰਿਮੀਨਲਸ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਹਾਂ, ਜਿਸ ਤਰ੍ਹਾਂ ਇੰਡੋ ਨੇਪਾਲ ਬਾਰਡਰ ਇਨ ਵੈਸਟ ਬੰਗਾਲ, ਮਹਾਰਾਸ਼ਟਰਾ, ਬਿਹਾਰ, ਮੱਧਿਆ ਪ੍ਰਦੇਸ਼, UP, ਉੱਤਰਾਖੰਡ, ਰਾਜਸਥਾਨ, ਹਰਿਆਣਾ, ਦਿੱਲੀ। ਸੋ ਅਸੀਂ ਉਹਨਾਂ ਸਟੇਟਾਂ ਦੇ ਨਾਲ ਕਾਫ਼ੀ ਸਾਡਾ ਤਾਲਮੇਲ ਹੈਗਾ, ਜਿਸ ਦੇ ਕਰਦੇ ਅਸੀਂ ਤਕਰੀਬਨ ਕੋਈ 37 ਦੇ ਕਰੀਬ ਕਾਫ਼ੀ ਜਿਹੜੇ ਡੈਡਡ ਸਾਡੇ ਵਾਂਟਡ ਕ੍ਰਿਮੀਨਲ ਸੀਗੇ ਉਹ ਅਸੀਂ ਉਹਨਾਂ ਨੂੰ ਫੜ ਕੇ ਲੈ ਕੇ ਆਉਂਦਾ ਹੈਗਾ। ਇਹਦੇ ਨਾਲ ਨਾਲ ਅਸੀਂ ਹਰ ਪੱਖ 'ਤੇ ਨਜ਼ਰ ਰੱਖਦੇ ਹਾਂ। ਪਿੱਛੇ ਜੇ ਇੱਕ ਟ੍ਰੈਂਡ ਜਿਹਾ ਚੱਲਿਆ ਸੀ ਜਿਹਦੇ ਵਿੱਚ ਸੋਸ਼ਲ ਪਲੇਟਫਾਰਮਸ ਦੇ ਉੱਤੇ ਇਹਨਾਂ ਔਰਗਨਾਈਜ਼ ਕ੍ਰਿਮੀਨਲਸ ਵੱਲੋਂ ਐਂਟੀ ਸੋਸ਼ਲ ਐਲੀਮੈਂਟਸ ਵੱਲੋਂ ਗਨ ਕਲਚਰ ਪ੍ਰਮੋਟ ਕੀਤਾ ਗਿਆ, ਕਿਲਿੰਗਸ ਨੂੰ ਯੂਲੋਜਾਈਜ਼ ਕੀਤਾ ਗਿਆ, ਸੈਲੀਬ੍ਰੇਟ ਕਰਦੇ ਨੇ। ਉਹਦੇ ਨਾਲ ਜਿਹੜੇ ਵਲਨਰੇਬਲ ਸੈਕਸ਼ਨ ਹੈ ਜਿਹੜਾ ਹੈਗਾ ਯੂਥ ਦਾ, ਉਹ ਅਟਰੈਕਟ ਹੁੰਦਾ,
ਉਸ ਦੀ ਅਸੀਂ ਗੰਭੀਰਤਾ ਨੂੰ ਭਾਵਦੇ ਹੋਏ ਅਸੀਂ ਵੱਖ ਵੱਖ ਸੋਸ਼ਲ ਪਲੇਟਫਾਰਮ ਦੇ ਵੱਖ ਵੱਖ ਥਾਵਾਂ ਤੇ 203 ਅਕਾਊਂਟਸ ਨੂੰ ਬਲੌਕ ਕਰਵਾਇਆ ਹੈਗਾ ਫੇਸਬੁੱਕ ਇੰਸਟਾਗ੍ਰਾਮ ਤੇ ਤਾਂ ਜੋ ਇਸਦਾ ਸਾਡੇ ਜਵਾਨੀ ਤੇ ਮਾੜਾ ਪ੍ਰਭਾਵ ਨਾ ਪਵੇ। ਸਰ ਜੇ ਆਪਾਂ ਗੱਲ ਕਰੀਏ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਰਹੀ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਯੂਪੀ ਤੋਂ ਝਾਰਖੰਡ ਤੋਂ ਜੇ ਅਸੀਂ ਗੱਲ ਕਰੀਏ ਦਿੱਲੀ ਹਰਿਆਣਾ ਰਾਜਸਥਾਨ ਕਈ ਥਾਂ ਤੇ ਅਸੀਂ ਲਗਾਤਾਰ ਜਿਹੜਾ ਇਨਕਾਊਂਟਰ ਵੀ ਕੀਤੇ, ਆਪਰੇਸ਼ਨ ਜਿਹੜੇ ਹੈਗੇ ਆ ਜੀਟੀਏ ਵੱਲੋਂ ਅੰਜਾਮ ਦਿੱਤਾ ਗਿਆ, ਕੋਆਰਡੀਨੇਸ਼ਨ ਕਿਸ ਤਰ੍ਹਾਂ ਦਾ ਰਿਹਾ ਦੂਜੇ ਸਟੇਟ ਦਾ? ਆਈ ਵਿਲ ਸੀਜ਼ ਦਿਸ ਓਪਰਚੁਨਿਟੀ ਟੂ ਥੈਂਕ ਐਵਰੀ ਸਟੇਟ ਪੁਲਿਸ ਜਿੱਥੇ ਜਿੱਥੇ ਅਸੀਂ ਆਪਣਾ ਓਪਰੇਸ਼ਨ ਕਰਨ ਗਏ, ਜਿਵੇਂ ਰੀਸੈਂਟਲੀ ਸ਼੍ਰੀ ਰਾਜਨ ਪਰਮਿੰਦਰ ਗਏ ਸੀਗੇ, ਆ ਜਿਹੜਾ ਟ੍ਰਿਪਲ ਮਰਡਰ ਹੋਇਆ ਫਿਰੋਜ਼ਪੁਰ ਦਾ, ਸੋ ਸਾਡੇ ਡੀਜੀਪੀ ਸਾਹਿਬ ਨੇ ਖੁਦ ਲੀਡ ਲੈਂਦੇ ਹੋਏ ਸਾਰੀ ਰਾਤ ਕਮਾਂਡ ਸੰਭਾਲੀ ਰੱਖੀ, ਐਂਡ ਵੀ ਵਰ ਇਨ ਟੱਚ ਵਿਦ, ਸਾਨੂੰ ਸੈਂਟਰਲ ਏਜੰਸੀਜ਼ ਦੀ ਸਪੋਰਟ ਸੀਗੀ, ਸਾਨੂੰ ਮਹਾਰਾਸ਼ਟਰਾ ਪੁਲਿਸ ਦੀ ਸਪੋਰਟ ਸੀਗੀ, ਤਾਂਹੀਓ ਅਸੀਂ ਇਹਨਾਂ ਨੂੰ ਛੇ ਜਿਹੜੇ ਹੈਗੇ ਉਹਦੇ ਵਿੱਚ ਸ਼ੂਟਰ ਸੀਗੇ ਜਿਹੜੇ ਕ੍ਰਿਮੀਨਲ ਸੀ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਰਹੇ ਹਾਂ। ਗੁਰੂ ਸਾਹਿਬ, ਕਿਉਂਕਿ ਪਿਛਲੇ ਦਿਨਾਂ ਦੇਖਿਆ ਗਿਆ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਕਿਤੇ ਨਾ ਕਿਤੇ ਨਸ਼ੇ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਵੀ ਲਿੰਕ ਸਾਹਮਣੇ ਆਏ ਨੇ, ਤਾਂ ਕਿਸ ਤਰ੍ਹਾਂ ਦਾ ਤੁਹਾਡਾ ਇਹ ਓਪਰੇਸ਼ਨ ਜਿਹੜੇ ਅੰਜਾਮ ਦਿੱਤੇ ਨੇ, ਕਿਉਂਕਿ ਨਸ਼ਾ ਤਸਕਰੀ ਵੀ ਔਰ ਗੈਂਗਸਟਰ ਵੈਪਨ ਤਸਕਰੀ ਵੀ ਉਸ ਨੂੰ ਲੈ ਕੇ ਵੀ ਤੁਸੀਂ ਕੰਮ ਕੀਤਾ? ਬਿਲਕੁਲ ਠੀਕ ਹੈ, ਆਪਦੇ ਬੜੀ ਥਿਨ ਲਾਈਨ ਹੈਗੀ ਹੈ, ਕਿਉਂਕਿ ਜਦੋਂ ਬੰਦਾ ਇੱਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਵੜ ਜਾਂਦਾ ਹੈਗਾ, ਇਹ ਆਪਦੇ ਇਹਨਾਂ ਨੇ ਐਡੇ ਵੱਡੇ ਸਟਰਕਚਰ ਖੜੇ ਕੀਤੇ ਆ, ਲੋਜਿਸਟਿਕ ਚਾਹੀਦੇ ਆ ਇਹਨਾਂ ਨੂੰ, ਵੈਪਨਸ ਚਾਹੀਦੇ ਆ, ਸੋ ਉਸ ਲਈ ਇਹਨਾਂ ਨੂੰ ਪੈਸੇ ਦੀ ਦਰਕਾਰ ਰਹਿੰਦੀ ਹੈ। ਉਸ ਕਰਕੇ ਯੈਸ, ਨੰਬਰ ਆਫ ਜਿਹੜੇ ਗੈਂਗਸਟਰਸ ਹੈਗੇ ਨੇ ਉਹ ਰੈਡੀਕਲਾਈਜ਼ ਵੀ ਹੋ ਚੁੱਕੇ ਨੇ, ਦੇ ਆਰ ਇਨ ਟੂ ਡਰੱਗ ਟ੍ਰੈਫਿਕਿੰਗ ਆਲਸੋ, ਸੋ ਸੋਨੂੰ ਖੱਤਰੀ, ਰਿੰਡਾ, ਇਹ ਸਾਰੇ ਜਿਸ ਤਰ੍ਹਾਂ ਜਿਹੜੇ ਮੇਨ ਹੈ ਆਪਣਾ ਜੱਗੂ ਭਗਵਾਨਪੁਰੀਆ, ਦੇ ਆਰ ਇਨ ਟੂ ਡਰੱਗ ਟ੍ਰੈਫਿਕਿੰਗ ਐਜ਼ ਵੈਲ। ਤਾਂ ਅਸੀਂ ਇਹਨਾਂ ਦੇ ਕਾਫੀ ਇਹਨਾਂ ਦੇ ਜਿਹੜੇ ਹੈਗੇ ਫੁੱਟ ਸੋਲਜਰਸ ਨੂੰ ਗ੍ਰਿਫਤਾਰ ਕੀਤਾ ਹੈਗਾ, ਕਾਫੀ ਵੱਡੀਆਂ ਡਰੱਗ ਫਰੰਟ ਤੇ ਤਾਂ ਐਸਟੀਐਫ ਵਾਲੇ ਡਾਟਾ ਜ਼ਿਆਦਾ ਅੱਛਾ ਦੇ ਸਕਣਗੇ, ਬਟ ਇੰਨਾ ਮੈਂ ਕਹਿ ਸਕਦਾ ਕਿ ਬਹੁਤ ਅੱਛੀ ਇਸ ਫਰੰਟ ਤੇ ਕਾਮਯਾਬੀਆਂ ਹਾਸਲ